GKR TV ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਦਾ ਕਿਚਨ ਪ੍ਰੋਗਰਾਮ ਦੇ ਵਿੱਚ ਆਪ ਜੀ ਦਾ ਸਵਾਗਤ। ਅੱਜ ਅਸੀਂ ਆਪ ਜੀ ਵਾਸਤੇ ਇੱਕ ਬਹੁਤ ਹੀ ਹਰਮਨ ਪਿਆਰੀ ਡਿਸ਼, ਜਿਹੜੀ ਕਿ ਵੈੱਜ ਵਿੱਚ ਵੀ ਬਣਦੀ ਹੈ ਅਤੇ ਨੌਨ ਵੈੱਜ ਵਿੱਚ ਵੀ ਬਣਦੀ ਹੈ, ਐੱਗ ਚਿਕਨ ਰੋਲ। ਸੋ ਅੱਜ ਅਸੀਂ ਤੁਹਾਨੂੰ ਪੰਜਾਬੀ ਸਟਾਈਲ ਦੇ ਵਿੱਚ ਐੱਗ ਚਿਕਨ ਰੋਲ ਬਣਾ ਕੇ ਦਿਖਾਉਂਦੇ ਹਾਂ। ਸੋ ਆਓ ਹੁਣ ਤੁਹਾਨੂੰ ਪੰਜਾਬੀ ਸਟਾਈਲ ਦੇ ਵਿੱਚ ਐੱਗ ਚਿਕਨ ਰੋਲ ਬਣਾ ਕੇ ਦਿਖਾਈਏ। ਇਸ ਨੂੰ ਬਣਾਉਣ ਵਾਸਤੇ ਸਭ ਤੋਂ ਪਹਿਲਾਂ ਆਪਾਂ ਨੂੰ ਇੱਕ ਰੋਟੀ ਦੀ ਲੋੜ ਪਏਗੀ, ਜਿਹੜੀ ਕਿ ਅੱਜ ਅਸੀਂ ਆਟੇ ਦੀ ਰੋਟੀ ਤੋਂ ਰੋਲ ਬਣਾਵਾਂਗੇ। ਬਾਜ਼ਾਰ ਸਟਰੀਟ ਫੂਡ ਦੇ ਵਿੱਚ ਤੁਹਾਨੂੰ ਮੈਦੇ ਦੀ ਰੋਟੀ ਮਿਲਦੀ ਹੈ, ਜਿਹੜਾ ਕਿ ਪੇਟ ਵਾਸਤੇ ਸਹੀ ਨਹੀਂ ਹੁੰਦਾ। ਆਪਾਂ ਉਹੀ ਡਿਸ਼ ਨੂੰ ਪੰਜਾਬੀ ਸਟਾਈਲ ਦੇ ਵਿੱਚ ਆਟੇ ਦੀ ਰੋਟੀ ਬਣਾ ਕੇ ਦਿਖਾਵਾਂਗੇ। ਇਸ ਤੋਂ ਬਾਅਦ ਸਾਨੂੰ ਚਿਕਨ ਦੀ ਲੋੜ ਹੈ, ਇੱਕ ਐੱਗ, ਪਿਆਜ਼, ਪੱਤਾ ਗੋਭੀ, ਸ਼ਿਮਲਾ ਮਿਰਚ, ਨਮਕ, ਲਾਲ ਮਿਰਚ, ਕਾਲੀ ਮਿਰਚ, ਅਦਰਕ ਲਸਣ ਦਾ ਪੇਸਟ, ਓਰੀਗੈਨੋ, ਕਿਚਨ ਕਿੰਗ, ਉਸ ਤੋਂ ਬਾਅਦ ਸੋਇਆ ਸੌਸ, ਸਿਰਕਾ, ਟਮੈਟੋ ਸੌਸ ਅਤੇ ਗ੍ਰੀਨ ਚਿੱਲੀ ਸੌਸ। ਸੋ ਇਸ ਸਮਾਨ ਦੀ ਆਪਾਂ ਨੂੰ ਲੋੜ ਹੈ। ਹੁਣ ਆਓ ਤੁਹਾਨੂੰ ਬਣਾ ਕੇ ਦਿਖਾਉਂਦੇ ਹਾਂ ਐੱਗ ਚਿਕਨ ਰੋਲ। ਸਭ ਤੋਂ ਪਹਿਲਾਂ ਇਹਦੇ ਵਿੱਚ ਅਸੀਂ ਥੋੜ੍ਹਾ ਜਿਹਾ ਨਮਕ ਪਾਵਾਂਗੇ, ਥੋੜ੍ਹੀ ਜਿਹੀ ਲਾਲ ਮਿਰਚ, ਥੋੜ੍ਹੀ ਜਿਹੀ ਕਾਲੀ ਮਿਰਚ, ਥੋੜ੍ਹਾ ਜਿਹਾ ਕਿਚਨ ਕਿੰਗ, ਉਸ ਤੋਂ ਬਾਅਦ ਅੱਧਾ ਕੁ ਚਮਚ ਅਦਰਕ ਲਸਣ ਦਾ ਪੇਸਟ ਅਤੇ ਇੱਕ ਚਮਚ ਅਸੀਂ ਅਰਾਰੋਟ ਦਾ ਪਾਵਾਂਗੇ। ਇਸ ਨੂੰ ਪਾਉਣ ਤੋਂ ਬਾਅਦ ਇਹਨੂੰ ਅਸੀਂ ਮਿਕਸ ਕਰ ਲਵਾਂਗੇ। ਮੈਨੂੰ ਅੱਛੀ ਤਰ੍ਹਾਂ ਮਿਲਾ ਲੈਣਾ ਹੈ ਤਾਂ ਜੋ ਮਸਾਲੇ ਚਿਕਨ ਦੇ ਨਾਲ ਚੰਗੀ ਤਰ੍ਹਾਂ ਲਪੇਟੇ ਜਾਣ ਔਰ ਅੱਛਾ ਟੇਸਟ ਆ ਸਕੇ। ਇਹ ਰੋਲ ਦੇ ਵਿੱਚ ਅਸੀਂ ਅੱਜ ਫਰਾਈ ਕੀਤਾ ਹੋਇਆ ਚਿਕਨ ਪਾਵਾਂਗੇ। ਲਓ ਜੀ, ਆਪਾਂ ਇਸ ਨੂੰ ਫਰਾਈ ਕਰਨ ਵਾਸਤੇ ਇਹਦੇ ਵਿੱਚ ਪਾਉਂਦੇ ਹਾਂ। ਇਸ ਨੂੰ ਪਾਉਣ ਤੋਂ ਬਾਅਦ ਅਸੀਂ ਤਕਰੀਬਨ 7 ਤੋਂ 8 ਮਿੰਟ ਇਸ ਨੂੰ ਅਸੀਂ ਪਕਾਉਣਾ, 2 ਤੋਂ 3 ਮਿੰਟ ਅਸੀਂ ਇਸ ਨੂੰ ਹਿਲਾਉਣਾ ਨਹੀਂ ਹੈ, ਕਿਉਂਕਿ ਪਹਿਲਾਂ ਹਿਲਾਵਾਂਗੇ ਤਾਂ ਇਸ ਦੀ ਕੋਟਿੰਗ ਸਾਰੀ ਉੱਤਰ ਜਾਏਗੀ, ਮਸਾਲੇ ਦੀ ਔਰ ਜੋ ਜੋ ਵੀ ਇਹਦੇ ਵਿੱਚ ਆਪਾਂ ਸਮਾਨ ਪਾਇਆ ਹੋਏਗਾ ਉਹਦੀ ਕੋਟਿੰਗ ਉੱਤਰ ਜਾਂਦੀ। ਸੋ 2 ਤੋਂ 3 ਮਿੰਟ ਬਾਅਦ ਅਸੀਂ ਇਸ ਨੂੰ ਹਿਲਾਉਣਾ ਹੈ। ਆਓ 2-3 ਮਿੰਟ ਵੇਟ ਕਰਕੇ ਫਿਰ ਅਸੀਂ ਹਿਲਾ ਕੇ ਦਿਖਾਉਂਦੇ ਹਾਂ। ਸਾਡਾ ਚਿਕਨ ਗੋਲਡਨ ਫਰਾਈ ਹੋ ਚੁੱਕਿਆ ਹੈ। ਸੋ ਇਸ ਨੂੰ ਹੁਣ ਕੱਢ ਲਿਆ ਹੈ। ਹੁਣ ਆਪਾਂ ਬਾਕੀ ਦੀ ਤਿਆਰੀ ਕਰਕੇ ਦਿਖਾਉਂਦੇ ਹਾਂ ਕਿ ਬਾਕੀ ਦੀ ਤਿਆਰੀ ਕਿਸ ਤਰ੍ਹਾਂ ਕਰਨੀ ਹੈ। ਜਦੋਂ ਹਲਕਾ ਜਿਹਾ ਗਰਮ ਹੋ ਜਾਏ ਇਸ ਦੇ ਵਿੱਚ ਆਪਾਂ ਅੱਧਾ ਚਮਚ ਅਦਰਕ ਲਸਣ ਦਾ ਪੇਸਟ, ਥੋੜ੍ਹਾ ਜਿਹਾ ਨਮਕ, ਕਿਉਂਕਿ ਅਸੀਂ ਨਮਕ ਚਿਕਨ ਵਿੱਚ ਵੀ ਪਾ ਚੁੱਕੇ ਹਾਂ, ਥੋੜ੍ਹੀ ਜਿਹੀ ਲਾਲ ਮਿਰਚ, ਥੋੜ੍ਹੀ ਜਿਹੀ ਕਾਲੀ ਮਿਰਚ, ਕਿਚਨ ਕਿੰਗ, ਇੱਕ ਚਮਚ ਸੋਇਆ ਸੌਸ, ਇੱਕ ਚਮਚ ਵਿਨੇਗਰ ਲਵਾਂ, ਥੋੜ੍ਹੀ ਜਿਹੀ ਗ੍ਰੀਨ ਚਿੱਲੀ ਸੌਸ।
ਅਗਲੇ ਸਟੈਪ ਵੱਲ ਵਧੇ ਜੋ ਜੀ ਆਪਾਂ ਇੱਕ ਉਹਦੇ ਨਾਲ ਦਾ ਹਵਾ ਰੱਖਾਂਗੇ ਇਸ ਨੂੰ ਗਰਮ ਕਰਨਾ ਗਰਮ ਹੋਣ ਤੋਂ ਬਾਅਦ ਅਸੀਂ ਉਹਦੇ ਵਿੱਚ ਰੋਟੀ ਨੂੰ ਰੱਖ ਕੇ ਸਿੱਧ ਕਰਾਂਗੇ ਅਸੀਂ ਦੂਸਰੇ ਪਾਸੇ ਵੀ ਇਸੇ ਤਰ੍ਹਾਂ ਅੱਛੀ ਤਰ੍ਹਾਂ ਦੋਨੋਂ ਪਾਸੇ ਲਓ ਜੀ ਆਪਣੇ ਰੋਟੀ ਚੰਗੀ ਤਰ੍ਹਾਂ ਫਰਾਈ ਹੋ ਚੁੱਕੀ ਹੈ ਮਸਾਲੇ ਨੂੰ ਅਸੀਂ ਥੋੜਾ ਮਸਾਲਾ ਠੰਡਾ ਹੋ ਚੁੱਕਾ ਹੈ ਇਸ ਕਰਕੇ ਅਸੀਂ ਇਸ ਨੂੰ ਦੁਬਾਰਾ ਗਰਮ ਹੋਣ ਵਾਸਤੇ ਰੱਖ ਦੇਵਾਂਗੇ ਅਸੀਂ ਉਸੇ ਸਮੇਂ ਦਰਮਿਆਨ ਆਪਾਂ ਚਿਕਨ ਦੇ ਛੋਟੇ ਛੋਟੇ ਪੀਸ ਕਰ ਇਸ ਚਿਕਨ ਨੂੰ ਆਪਾਂ ਇਹਦੇ ਵਿੱਚ ਵੀ ਨਾਲ ਹੀ ਪਾ ਦੇਵਾਂਗੇ ਦੁਬਾਰਾ ਗਰਮ ਹੋ ਸਕੇ ਜਦੋਂ ਤੱਕ ਇਹ ਗਰਮ ਹੁੰਦਾ ਹੈ ਆਪਾਂ ਇਸ ਦੇ ਉੱਪਰ ਬਾਕੀ ਵੀ ਖਲਿੰਗ ਲਗਾ
ਸਭ ਤੋਂ ਪਹਿਲਾਂ ਗ੍ਰੀਨ ਚਿਲੀ ਸੌਸ ਇਸ ਉੱਪਰ ਟਮੈਟੋ ਸੌਸ ਇੱਧਰ ਆਪਣਾ ਚਿਲੀ ਦੀ ਗਰਮ ਹੋ ਚੁੱਕੀ ਹੈ ਤੰਦੂਰੀ ਸੌਸ ਪਾਉਂਦੇ ਹਾਂ ਤੰਦੂਰੀ ਸੌਸ ਵੀ ਪਾ ਸਕਦੇ ਹਾਂ ਸੋ ਇਸਨੂੰ ਪਾਉਣ ਤੋਂ ਬਾਅਦ ਮੈਂ ਅਸੀਂ ਹੋਰ ਕਰ ਸਾਡਾ ਰੋਲ ਬਿਲਕੁਲ ਤਿਆਰ ਹੈ ਥੋੜ੍ਹੀ ਥੋੜ੍ਹੀ ਬਾਹਰ ਨਿਕਲ ਗਈ ਉਸੇ ਵਿੱਚ ਲਓ ਜੀ ਆਪਣਾ ਐਗ ਚਿਕਨ ਰੋਲ ਤਿਆਰ ਹੈ ਇਸਨੂੰ ਤੁਸੀਂ ਸਾਡੇ ਸਟਾਈਲ ਨਾਲ ਘਰ ਬਣਾਓ ਅਤੇ ਖਾਓ ਸੋ ਇਸਨੂੰ ਬਣਾਉਣ ਤੋਂ ਬਾਅਦ ਸਾਨੂੰ ਕਮੈਂਟਾਂ ਵਿੱਚ ਜ਼ਰੂਰ ਦੱਸਣਾ ਕਿ ਤੁਹਾਨੂੰ ਸਾਡੀ ਇਹ ਡਿਸ਼ ਕੈਸੀ ਸੋ ਥੈਂਕ ਯੂ ਫੋਰ ਵਾਚਿੰਗ ਜੀ ਕੇ ਆਰ ਕਿਚਨ